ਲੁਧਿਆਣਾ ਦੀ ਗਿੱਲ ਨਹਿਰ ਪੁਲ ਤੋਂ ਕੰਕਰੀਟ ਮਿਕਸਰ ਟਿੱਪਰ ਨਹਿਰ ਵਿੱਚ ਡਿੱਗਿਆ। ਇਹ ਘਟਨਾ ਦੇਰ ਰਾਤ 10 ਵਜੇ ਵਾਪਰੀ, ਹਾਲਾਂਕਿ ਡਰਾਈਵਰ ਸੁਰੱਖਿਅਤ ਰਿਹਾ। ਗਿੱਲ ਨਹਿਰ ਪੁਲ 'ਤੇ ਇਹ ਵੱਡਾ ਹਾਦਸਾ ਹੋਇਆ ਹੈ, ਜਿਸ ਵਿੱਚ ਕੈਂਟਰ ਅਤੇ ਸੀਮੈਂਟ ਮਿਕਸ ਟਰੱਕ ਦਾ ਐਕਸੀਡੈਂਟ ਹੋ ਗਿਆ। ਸੀਮੈਂਟ ਮਿਕਸ ਟਰੱਕ ਨਹਿਰ ਵਿੱਚ ਡਿੱਗ ਗਿਆ। ਦੇਰ ਰਾਤ ਇਹ ਹਾਦਸਾ ਹੋਇਆ, ਹਾਲਾਂਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।